This is a Red FM Vancouver podcast. Make sure you hit subscribe for more great content. For further info, log on to redfm.ca. ਪਰਿਵਾਰ ਦੇ ਵਿੱਚ ਪਿਤਾ ਦੀ ਭੂਮਿਕਾ ਦੀ ਗੱਲ ਹੈ। ਪਲਵਿੰਦਰ ਕੌਰ ਗਿੱਲ ਜੀ ਜਿਹੜੇ ਕਿ ਮਨੋਵਿਗਿਆਨਕ ਕਾਉਂਸਲਰ ਨੇ, ਉਹ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਤੇ ਦੱਸਣਗੇ ਕਿ ਫਾਦਰ ਹੈ ਜਿਹੜਾ, ਫਾਦਰ ਫਿਗਰ ਜਾਂ ਐਵੋਲੂਸ਼ਨ ਆਫ ਫਾਦਰਸ ਰੋਲ, ਇਹ ਕਿਸ ਤਰ੍ਹਾਂ ਗੱਲਾਂ ਐਸਤਾ ਐਸਤਾ ਵਾਪਰੀਆਂ ਨੇ, क्योंकि पहला माँ प्रधान फैमिलीज़ भी रही ने साढ़े जो खास तौर पर जितों इवॉल्व होया, साड़ी फैमिली इवॉल्व हुई है, सोसाइटी इवॉल्व हुई है, वो ट्रडिशनली फीमेल इंचार्ज रही है फैमिली दी। आहिस्ता आहिस्ता एवोल्यूशन किस तरीके आया। पिता दे प्यार दियाँ गल्लां असी बहुत सुनते रहने, बहुत सारे गीत भी इस तरह के आए ने। ये जिहड़ा रोल है, एक फादर का रोल है, बड़ा मुश्किल रोल है दरअसल, पर बहुत इंट्रस्टिंग भी है। इस दे विच, इस भूमिका दे विच लगातार तब्दीलियां आउंदियां रहियां ने। जे असी रियली डिफाइन करना होवे तां असी जद तों आदिवासी लोगों की तरह जदों असी रहिंदे रहे, मनुख सारे सन जिहड़े ओह जिउं-जिउं इवॉल्व होए ने, तिउं-तिउं फैमिली दे इंचार्ज दा रोल भी बदलदा रहा है। सो इस सिलसिले दे विच अज ओह गलबात करनगे। ਪਲਵਿੰਦਰ ਕੌਰ ਗਿੱਲ जी मेरे नाल हन। हेलो हाय पलविंदर जी। हाँ जी, सत श्री अकाल जी। सत श्री अकाल, थैंक यू वेरी मच फॉर जॉइनिंग अस। हाँ जी, नो प्रॉब्लम। पलविंदर, जेड़ा फादर दे रोल नु आपां किवें डिफाइन कर सकदे हां? हाँ जी, मिस्टर थिंद की जिवें तुसी अपने इंट्रोडक्शन दे विच किहा कि जेड़ा फादर दा रोल आ काफी इवॉल्वड होया, एंड जिथों असीं आए हां, जिथे जेड़ियां साडीयां बैकग्राउंड एंड हिस्टरी रही आ, ਇੱਕ ਆਦਮੀ ਲਈ ਇੱਕ ਫਾਦਰ ਦਾ ਰੋਲ ਇੱਥੋਂ ਤੱਕ ਸੀਗਾ ਕਿ ਉਹਨੇ ਘਰ ਦੇ ਵਿੱਚ ਰਿਸੋਰਸਸ ਪ੍ਰੋਵਾਈਡ ਕਰਨੇ ਸੀ, ਉਹਨੇ ਘਰ ਦੇ ਘਰ ਦਾ ਜਿਹੜਾ ਜ਼ਿੰਮੇਵਾਰੀਆਂ, ਜਿਹੜੇ ਖਰਚੇ ਸੀਗੇ, ਸੋ ਜਿਹੜੇ ਬਾਹਰੋਂ ਰਿਸੋਰਸਸ ਆਉਂਦੇ ਸੀ ਉਹਨੇ ਉਹ ਪ੍ਰੋਵਾਈਡ ਕਰਨੇ ਸੀਗੇ। ਐਂਡ ਉਸ ਰੋਲ ਦੇ ਵਿੱਚ ਇੱਕ ਜਿਹੜਾ ਫਾਦਰ ਉਹ ਇੰਨਾ ਖੁੱਭ ਜਾਂਦਾ ਵਾ, ਜਾਂ ਜੇ ਇੱਕ ਸੋਸਾਇਟੀ ਦੇ ਕਾਰਨ ਕਰਕੇ ਜਿਹੜਾ ਜਿਹੜੀ ਅੱਜ ਅਸੀਂ ਗੱਲ ਕਰਾਂਗੇ ਉਹ ਹੈਗੀ ਆ ਇਮੋਸ਼ਨਲ ਅਵੇਲੇਬਿਲਿਟੀ। ਸੋ ਸਾਡੇ ਜਿਹੜੇ ਫਾਦਰ ਆ ਇਹ ਇੱਕ ਜ਼ਿੰਮੇਵਾਰੀ, ਇੱਕ ਰਿਸੋਰਸਿਸ ਤਾਂ ਸਾਨੂੰ ਜ਼ਰੂਰ ਪ੍ਰੋਵਾਈਡ ਕਰਦੇ ਆ, ਭਾਵੁਕ ਲੈਵਲ 'ਤੇ ਆਪਦੇ ਬੱਚਿਆਂ ਨਾਲ ਕਿੰਨੇ ਕੁ ਵਿਚਰੇ ਵੇ ਆ, ਭਾਵੁਕ ਲੈਵਲ 'ਤੇ ਆਪਦੇ ਬੱਚਿਆਂ ਦੇ ਨਾਲ ਕਿੰਨੇ ਕੁ ਇਨਵੋਲਵਡ ਆ, ਕਿਉਂਕਿ ਰਿਸ਼ਤਾ ਤਾਂ ਤੁਸੀਂ ਦੇਖੋ ਕਿ ਇੱਕ ਜ਼ਿੰਮੇਵਾਰੀ ਆ, ਜ਼ਰੂਰ ਇਹ ਕਰਦੇ ਆ। ਦੂਸਰਾ ਰਿਸ਼ਤਾ ਸਾਡਾ ਭਾਵਨਾਵਾਂ ਨਾਲ ਸਟਰੋਂਗ ਹੁੰਦਾ, ਜਦੋਂ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਦੇ ਵਿੱਚ ਵਿਚਰਦੇ ਹਾਂ, ਆਪਦਾ ਦੁੱਖ ਦੱਸਦੇ ਹਾਂ, ਦੂਸਰੇ ਦਾ ਸੁਣਦੇ ਹਾਂ, ਐਂਡ ਜਦੋਂ ਇਹ ਦੁੱਖ ਸਾਡਾ ਇੱਕ ਦੂਜੇ ਦੇ ਨਾਲ ਮਿਲਣ ਲੱਗ ਜਾਂਦਾ ਤੇ ਰਿਸ਼ਤਾ ਸਾਡਾ ਉਦੋਂ ਜ਼ਿਆਦਾ ਗੂੜਾ ਬਣਦਾ ਵਾ। ਇਨਾਮ ਤੁਸੀਂ ਦੇਖ ਲਓ ਵੀ ਜਦੋਂ ਘਰ ਦੇ ਵਿੱਚ ਕੋਈ ਬੱਚਾ ਲੜਦਾ ਵੀ ਤਾਂ ਹਮੇਸ਼ਾ ਬਾਪ ਇਹਨੂੰ ਕਹਿੰਦਾ ਤੇਰੀ ਮਦਰ ਨੂੰ ਸਮਝਾਉਣ ਕਿ ਮਦਰ ਸਮਝਾਉਗੀ, ਜਾਂ ਬਹੁਤ ਵੱਡੀ ਕੋਈ ਪ੍ਰੋਬਲਮ ਵੀ ਹੋ ਜੇ ਬੱਚੇ ਨੂੰ, ਉਹ ਆਪਦੀ ਫਾਦਰ ਨੂੰ ਬਹੁਤ ਘੱਟ ਦੱਸਦਾ ਵਾ, ਆਪਦੀ ਮਦਰ ਨੂੰ ਦੱਸਣ ਦੇ ਵਿੱਚ ਕੰਫਰਟੇਬਲ ਆ। ਬਿਕਾਜ਼ ਮਾਵਾਂ ਇੱਕ ਮਦਰ ਦੇ ਤੌਰ ਤੇ ਭਾਵੁਕ ਰਿਸ਼ਤਾ ਪਹਿਲਾਂ ਤੋਂ ਇਸਟੈਬਲਿਸ਼ ਆ, ਉਹਦੇ ਵਿੱਚ ਸਾਨੂੰ ਕੁਛ ਕਰਨਾ ਨਹੀਂ ਪਿਆ ਗਾ। ਪਰ ਜਿੱਥੇ ਇੱਕ ਫਾਦਰ ਆ ਜਾਂਦਾ ਵਾ, ਮੈਂ ਨਹੀਂ ਕਹਿ ਰਹੀ ਹੁਣ ਬਹੁਤ ਇਵੋਲਵ ਹੋ ਰਿਹਾ ਵਾ, ਜਿੱਥੇ ਫਾਦਰ ਬਹੁਤ ਕੇਅਰ ਟੇਕਿੰਗ ਦੇ ਵਿੱਚ ਇਨਵੋਲਵਡ ਹੋ ਰਹੇ ਆ, ਪਰ ਹਜੇ ਭਾਵੁਕ ਲੈਵਲ ਤੇ ਆਪਦੇ ਬੱਚਿਆਂ ਨਾਲ ਵਿਚਰ ਸਕਣ, ਹਜੇ ਥੋੜੀ ਹੋਰ ਸਾਨੂੰ ਇੱਕ ਵੱਡੀ ਜੰਗ ਲੜਨੀ ਪੈਣੀ ਆ, ਤਾਂ ਜੋ ਅਸੀਂ ਹੋਰ ਭਾਵੁਕ ਲੈਵਲ ਤੇ ਲਿਟਰੇਸੀ ਪਾ ਸਕੀਏ ਇੱਕ ਫਾਦਰ ਵਾਸਤੇ। ਅੱਛਾ, ਜਦੋਂ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ, ਹੁਣ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਨੇ ਜਿੱਥੇ किसी फादर ने अपने बच्चों ने नुकसान कर दिता, या फादर नाराज़ हो गए, प्रॉपर्टी तो किसी ने वांझियां कर गए, बहुत सारे लोग ये भी कहते सुने गए आ, ईवन मावां कहदियां सुनी गईयां कि दिस परसन प्रोबली इज़ नॉट ए गुड हस्बैंड बट ही इज़ ए गुड फादर, या ही इज़ नॉट ए गुड फादर। गुड फादर जो असीं कहने आ, किवें डिफाइन करदे आ असीं वी इह गुड फादर आ? ਆਈ ਥਿੰਕ ਰਾਈਟ ਨਾਓ ਜਿੰਨੇ ਕੁ ਅਸੀਂ ਕਲਚਰ ਦੇ ਵਿੱਚ ਰਹਿ ਰਹੇ ਹਾਂ, ਇੱਕ ਗੁੱਡ ਫਾਦਰ ਦੀ ਡੈਫੀਨੇਸ਼ਨ ਅਸੀਂ ਇਸੇ ਕਰਕੇ ਕਰਦੇ ਹਾਂ ਕਿ ਜਿਹੜਾ ਫਾਦਰ ਪ੍ਰੋਵਾਈਡ ਕਰਦਾ। ਸੋ ਜੇ ਤੁਸੀਂ ਪ੍ਰੋਵਾਈਡ ਕਰ ਸਕੇ ਹੋ, ਤੁਸੀਂ ਉਸ ਡੈਫੀਨੇਸ਼ਨ ਦੇ ਵਿੱਚ ਫਿੱਟ ਹੁੰਦੇ ਹੋ। ਜੇ ਤੁਸੀਂ ਆਪਦੇ ਬੱਚਿਆਂ ਲਈ ਰਿਸੋਰਸਿਸ ਪ੍ਰੋਵਾਈਡ ਕਰ ਸਕੇ ਹੋ, ਤੁਸੀਂ ਉਸ ਖਾਨੇ ਦੇ ਵਿੱਚ ਤੁਹਾਨੂੰ ਫਿੱਟ ਕੀਤਾ ਜਾਂਦਾ, ਤੁਹਾਨੂੰ ਇੱਕ ਚੰਗੇ ਫਾਦਰ ਦਾ ਟਾਈਟਲ ਦਿੱਤਾ ਜਾਂਦਾ। ਪਰ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਆਪਦੇ ਬੱਚਿਆਂ ਨਾਲ ਇੱਕ ਮਾਨਸਿਕ ਤੌਰ 'ਤੇ ਸ਼ਾਇਦ ਜੁੜੇ ਹੋਵੋ, ਪਰ ਮੋਸਟ ਆਫ ਦਾ ਟਾਈਮ ਜਿਵੇਂ ਮੈਂ ਕਾਉਂਸਲਿੰਗ ਦੇ ਵਿੱਚ ਵੀ ਦੇਖਦੀ ਹਾਂ, ਐਂਡ ਫਾਦਰ ਕਾਉਂਸਲਿੰਗ ਜਦੋਂ ਮੈਂ ਬੱਚੇ ਅਤੇ ਫਾਦਰ ਦੇ ਵਿੱਚ ਫੈਸਿਲੀਟੇਟ ਕਰਦੀ ਹਾਂ ਡਿਸਕਸ਼ਨ, ਅਤੇ ਫਾਦਰ ਕਹਿੰਦੇ ਕਿ ਮੈਂ ਤਾਂ ਨਹੀਂ ਕੁਛ ਨਹੀਂ ਕਹਿੰਦਾ, ਰੋ ਸਕਦਾ ਮੇਰੇ ਸਾਹਮਣੇ ਜਾਂ ਰੋ ਸਕਦੀ ਹੈ ਮੇਰੇ ਸਾਹਮਣੇ, ਮੇਰਾ ਬੇਟੀ ਹੈ ਜਾਂ ਬੇਟਾ ਵਾ, ਐਂਡ ਬੱਚੇ ਕੰਫਰਟੇਬਲ ਨਹੀਂ ਹੁੰਦੇ ਰੋਣ ਦੇ, ਬਿਕਾਜ਼ ਕਿਤੇ ਫਾਦਰ ਵੀ ਉਸ ਘਰ ਦੇ ਵਿੱਚ ਜਾ ਕੇ ਰੋਇਆ ਨਹੀਂ ਹੁੰਦਾ ਗਾ। ਐਂਡ ਇਹ ਬੜਾ ਔਖਾ ਵਾ ਮਿਸਟਰ ਥਿੰਦ ਕਿ ਤੁਸੀਂ ਆਪਦਾ ਦੁੱਖ ਉਹਨੂੰ ਹੀ ਦੱਸੋਗੇ ਜਿਹੜਾ ਤੁਹਾਨੂੰ ਵੀ ਆਪਦਾ ਦੁੱਖ ਦੱਸਦਾ ਹੋਵੇ। ਜਿਹੜਾ ਜਿਹੜਾ ਇਨਸਾਨ ਤੁਹਾਨੂੰ ਆਪਣਾ ਦੁੱਖ ਦੱਸਦਾ ਨਾ ਹੋਵੇ ਉਹਦੇ ਮੂਹਰੇ ਤੁਹਾਨੂੰ ਖੋਲ੍ਹਣਾ ਬੜਾ ਔਖਾ ਆਪਦੇ ਆਪ ਨੂੰ, ਬਿਕਾਜ਼ ਉਨੀ ਵਲਨਰੇਬਿਲਿਟੀ ਨਹੀਂ ਹੁੰਦੀ। ਸੋ ਇੱਕ ਨਾ ਇੱਕ ਲੈਵਲ ਤੇ ਇਹਨਾਂ ਨਾਲ ਅਨਫੇਅਰ ਵੀ ਹੋਇਆ। ਜਿਸ ਘਰਾਂ ਦੇ ਵਿੱਚ ਇਹਨਾਂ ਨੇ ਪ੍ਰੋਵਾਈਡ ਕੀਤਾ, ਰਿਸੋਰਸਿਸ ਕੀਤੇ ਆ, ਉਹਨਾਂ ਘਰਾਂ ਦੇ ਵਿੱਚ ਇਹਨਾਂ ਨੇ ਦਿਲ ਨਾ, ਇਹਨਾਂ ਦਾ ਦਿਲ ਲਿਆ ਗਿਆ ਨਾ, ਇਹਨਾਂ ਤੋਂ ਨਾ ਇਹਨਾਂ ਨੂੰ ਦਿੱਤਾ ਗਿਆ ਨਾ ਲਿਆ ਗਿਆ। ਇੱਕ ਭਾਵਕ ਕਨੈਕਸ਼ਨ ਤੋਂ ਪਿਤਾ ਵੀ ਬਹੁਤ ਵਾਂਝਾ ਰਹਿੰਦਾ ਕਿਉਂਕਿ ਉਹਦੇ ਫਾਦਰ ਨੇ ਜਿਹੜਾ ਉਹਨਾਂ ਨੂੰ ਭਾਵਕ ਕਨੈਕਸ਼ਨ ਦਿੱਤਾ। ਹੁਣ ਤੁਸੀਂ ਆਮ ਦੇਖ ਲਓ ਮੀਡੀਆ ਦੇ ਵਿੱਚ ਐਂਡ ਮਿਸਟਰ ਥਿੰਦ ਉਹ ਰਿਸਰਚ ਤੇ ਬਹੁਤ ਮੰਨਦੇ ਆ, ਕਹਿੰਦੇ ਜਦੋਂ ਆਪਣੇ ਇੱਕ ਫਾਦਰ ਤੇ ਇੱਕ ਬੱਚਿਆਂ ਦਾ ਰਿਸ਼ਤਾ ਸਟ੍ਰੇਂਜ ਹੁੰਦਾ ਨਾ, ਜਿਹੜੇ ਕ੍ਰਾਈਮ ਦੇ ਵਿੱਚ ਲੋਕ ਪੈਂਦੇ ਆ, ਯੂ ਨੋ ਜਿਹੜੇ ਲੋਕ ਜੇਲ੍ਹਾਂ ਤੇ ਜਾਂਦੇ, ਮੋਸਟ ਆਫ ਦਾ ਟਾਈਮ ਉਹਨਾਂ ਲੋਕਾਂ ਦਾ ਆਪਦੇ ਫਾਦਰ ਨਾਲ ਬੜਾ ਟੌਕਸਿਕ ਰਿਲੇਸ਼ਨਸ਼ਿਪ ਹੁੰਦਾ ਵਾ ਭਾਵੁਕ ਲੈਵਲ ਤੇ। ਸ਼ਾਇਦ ਉਹਨਾਂ ਦੀਆਂ ਯੂ ਨੋ ਮੈਂ ਆਲਮੋਸਟ ਜਦੋਂ ਮੈਂ ਕਾਉਂਸਲਿੰਗ ਕਰਦੀ ਹੁੰਦੀ ਸੀ ਤੇ ਬਹੁਤ ਜਿਹੜੇ ਲੋਕ ਯੂ ਨੋ ਪ੍ਰੈਜ਼ਨ ਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਕਿ ਸਾਡੇ ਫਾਦਰ ਨੇ ਸਾਡੇ ਲਈ ਰਿਸੋਰਸਿਸ ਪ੍ਰੋਵਾਈਡ ਕੀਤੇ, ਸਾਡੇ ਲਈ ਘਰ ਦੇ ਵਿੱਚ ਉਹ ਮੌਰਗੇ ਚੱਕਦੇ ਹੁੰਦੇ ਸੀ, ਸਾਡੇ ਬਿੱਲ ਬੱਤੀਆਂ ਪੇ ਕਰਦੇ ਹੁੰਦੇ ਸੀ, ਪਰ ਦਿਲੋਂ ਭਾਵੁਕ ਲੈਵਲ ਤੇ ਮੈਂ ਦੁੱਖ ਨਹੀਂ ਦੱਸ ਸਕਦਾ ਆਪਦੇ ਫਾਦਰ ਨੂੰ। ਇੱਕ ਪਲਵਿੰਦਰ ਜੀ, ਲੋਕ ਕਈ ਆਪਣੇ ਆਈਡੀਅਲਾਈਜ਼ ਕਰਦੇ ਫਾਦਰ ਨੂੰ, ਆਦਰਸ਼ ਪੁਰਖ ਹੁੰਦਾ ਉਹਨਾਂ ਦਾ ਫਾਦਰ, ਗੱਲ ਗੱਲ ਤੇ ਉਹ ਕੋਟ ਕਰਦੇ ਬਾਪੂ ਜੀ ਇਹ ਕਹਿੰਦੇ ਹੁੰਦੇ ਸੀ ਜਾਂ ਪਿਤਾ ਜੀ ਨੇ ਇਹ ਕਿਹਾ ਸੀ, ਆਹ ਗੱਲ ਇਸ ਤਰ੍ਹਾਂ ਹੋਈ ਸੀ, ਮੇਰੇ ਦਾਰ ਜੀ ਆਹ ਗੱਲ ਮੈਨੂੰ ਦੱਸ ਕੇ ਗਏ ਆ। ਯੂ ਨੋ ਜਦੋਂ ਵੀ ਉਹ ਗੱਲ ਕਰਦੇ ਆ, ਭਾਵੇਂ ਉਹ ਗੁਜ਼ਰ ਚੁੱਕੇ ਹੁੰਦੇ ਆ, ਔਰ ਜਦੋਂ ਹੀ ਵੀ ਕੋਈ ਉੱਥੇ ਗੱਲ ਢੁਕਵੀਂ ਹੋਣੀ ਜਾਂ ਕਿਸੇ ਨਸੀਹਤ ਦੀ ਜਾਂ ਕੋਈ ਵਿਪਤਾ ਪੈ ਜਾਣੀ, ਦੇਖਿਆ ਬਾਪੂ ਕਹਿੰਦਾ ਹੁੰਦਾ ਸੀ ਵੀ ਇਸ ਤਰ੍ਹਾਂ ਨਾ ਕਰਿਓ। ਸੋ ਆਈਡੀਅਲਾਈਜ਼ ਕਰਨਾ ਜਿਹੜਾ ਉਹ ਕੌਣ ਲੋਕ ਨੇ ਜਿਹੜੇ ਆਈਡੀਅਲਾਈਜ਼ ਕਰਦੇ ਆ, ਕਿਹੜੇ ਫਾਦਰ ਨੇ ਜਿਹਨਾਂ ਨੂੰ ਆਈਡੀਅਲਾਈਜ਼ ਕੀਤਾ ਜਾਂਦਾ? ਹਾਂਜੀ ਮਿਸਟਰ ਥਿੰਦ ਜੀ ਹਾਂ, ਜਿਵੇਂ ਤੁਸੀਂ ਕਿਹਾ, ਸੋ ਦੇਖੋ ਕੋਈ ਵੀ ਇੱਕ ਫਾਦਰ ਨੂੰ ਅਸੀਂ ਟੀਚਰ ਦੀ ਤਰ੍ਹਾਂ ਲੈਂਦੇ ਹਾਂ। ਇੱਕ ਫਾਦਰ ਦਾ ਰੋਲ ਇੱਕ ਟੀਚਰ ਦੀ ਤਰ੍ਹਾਂ ਹੁੰਦਾ। ਐਂਡ ਤੁਸੀਂ ਦੇਖੋ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਹਾਂ, ਕਈ ਟੀਚਰ ਸਾਨੂੰ ਬੜੇ ਚੰਗੇ ਲੱਗਦੇ, ਪਿਆਰੇ ਲੱਗਦੇ ਆ, ਕਈ ਟੀਚਰ ਸਾਨੂੰ ਨਹੀਂ ਯਾਦ ਰਹਿੰਦੇ, ਕਈ ਟੀਚਰਾਂ ਦਾ ਅਸੀਂ ਬਹੁਤ ਜ਼ਿਆਦਾ ਗੁਣ ਗਾਉਂਦੇ ਕਿ ਜੇ ਮੈਂ ਯੂ ਨੋ ਮੈਂ ਕੈਮਿਸਟਰੀ ਜਾਂ ਮੈਂ ਫਿਜ਼ਿਕਸ ਨੂੰ ਪਿਆਰ ਕਰਨ ਲੱਗਿਆ ਜਾਂ ਮੈਂ ਮੈਥ ਨੂੰ, ਇਹ ਮੈਂ ਯੂ ਨੋ ਇਹ ਮੈਂ ਕ੍ਰੈਡਿਟ ਆਪਦੇ ਟੀਚਰ ਨੂੰ ਦਿੰਦਾ ਬਿਕਾਜ਼ ਉਸ ਟੀਚਰ ਨੇ ਮੈਨੂੰ ਇਸ ਸਬਜੈਕਟ ਨਾਲ ਪਿਆਰ ਕਰਨਾ ਸਿਖਾਤਾ। ਸੋ ਜਦੋਂ ਵੀ ਅਸੀਂ ਇੱਕ ਐਜੂਕੇਸ਼ਨ ਐਂਡ ਅਸੀਂ ਇੱਕ ਟੀਚਰ ਬਣਨੇ ਹਾਂ, ਉਹਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਸਾਡਾ ਦਿਲ ਵੀ ਸਾਡੇ ਸਟੂਡੈਂਟ ਦੇ ਨਾਲ ਜੁੜੇ। ਸੋ ਜਿਵੇਂ ਤੁਸੀਂ ਇੱਕ ਕਹਿੰਦੇ ਕਿ ਇੱਕ ਫਾਦਰ ਜੀ ਨੂੰ ਯੂ ਨੋ ਆਈਡੀਅਲ ਮੰਨਦੇ ਆ, ਹੁੰਦਾ ਕੀ ਆ ਕਿ ਇੱਕ ਫਾਦਰ ਇੱਕ ਟੀਚਰ ਹੁੰਦਾ, ਉਹਦੇ ਨਾਲ ਨਾਲ ਉਹਦੇ ਬੱਚਿਆਂ ਨਾਲ ਉਹਦਾ ਦਿਲ ਜੁੜ ਚੁੱਕਿਆ ਹੁੰਦਾ। ਐਂਡ ਜਦੋਂ ਸਾਡਾ ਦਿਲ ਜੁੜ ਜਾਂਦਾ ਨਾ ਮਿਸਟਰ ਥਿੰਦ, ਉਦੋਂ ਤੁਸੀਂ ਕਿਸੇ ਨੂੰ ਕੁਛ ਵੀ ਸਿਖਾ ਸਕਦੇ ਹੋ। ਇਹ ਗੱਲ ਥੋੜੀ ਠੀਕ ਹੈ। ਦਿਲ ਦਾ ਬੜਾ ਜ਼ਰੂਰੀ ਆ ਕਿ ਦਿਲ ਦੇ ਥਰੂ ਐਜੂਕੇਸ਼ਨ ਜਾਵੇ। ਐਂਡ ਜਦੋਂ ਦਿਲ ਨਹੀਂ ਹੈਗਾ ਤੇ ਐਜੂਕੇਸ਼ਨ ਤਾਂ ਤੁਸੀਂ ਦੇਖੋ ਇੰਟਰਨੈਟ ਵੀ ਸਾਨੂੰ ਸਾਰੀ ਇਨਫੋਰਮੇਸ਼ਨ ਦੇ ਰਿਹਾ, ਪਰ ਅਸੀਂ ਸਾਰੀ ਚੱਕਦੇ ਤਾਂ ਨਹੀਂ ਆਂਦਾ। ਇਨਫੋਰਮੇਸ਼ਨ ਤਾਂ ਸਾਰੇ ਕਿਤੇ ਪਈ, ਐਜੂਕੇਸ਼ਨ ਸਾਰੇ ਕਿਤੇ ਪਈ, ਪਰ ਇਹ ਬੜਾ ਜ਼ਰੂਰੀ ਆ ਕਿ ਜਿਹੜਾ ਐਜੂਕੇਸ਼ਨ ਡਿਲੀਵਰ ਕਰਨ ਵਾਲਾ ਪਲੈਟਫਾਰਮ ਹੋਵੇ ਉਹਦੇ ਵਿੱਚ ਦਿਲ ਐਡ ਹੋਵੇ। ਬਿਲਕੁਲ ਸਹੀ ਗੱਲ ਤੁਹਾਡੀ। ਮੇਰੇ ਨਾਲ ਪਲਵਿੰਦਰ ਕੌਰ ਗਿੱਲ ਜੀ ਗੱਲਬਾਤ ਕਰ ਰਹੇ ਨੇ ਫਾਦਰਸ ਡੇ ਬਾਰੇ, ਫਾਦਰ ਬਾਰੇ, ਫਾਦਰ ਦੀ ਭੂਮਿਕਾ ਬਾਰੇ, ਪਿਤਾ ਦਾ ਕੀ ਰੋਲ ਹੈ ਟ੍ਰੈਡੀਸ਼ਨਲ ਫੈਮਿਲੀ ਦੇ ਵਿੱਚ, ਖਾਸ ਤੌਰ 'ਤੇ ਸੰਯੁਕਤ ਪਰਿਵਾਰਾਂ ਦੇ ਵਿੱਚ ਹੈੱਡ ਆਫ ਦੀ ਫੈਮਿਲੀ ਪਿਤਾ ਨੂੰ ਕਦੋਂ ਤੋਂ ਸਮਝਣ ਲੱਗ ਪਏ, ਕਿਉਂਕਿ ਪਹਿਲੀਆਂ ਦੇ ਵਿੱਚ ਅਜ਼ਲਾਂ ਤੋਂ ਔਰਤਾਂ ਜਿਹੜੀਆਂ ਸੀ ਫੈਮਿਲੀ ਦਾ ਹੈੱਡ ਰਹੀਆਂ। ਹੁਣ ਵੀ ਬੇਸ਼ੱਕ ਫੈਮਿਲੀ ਦਾ ਹੈੱਡ ਜਾਂ ਜਿਹੜੇ ਮੇਜਰ ਫੈਸਲੇ ਨੇ ਉਹਦੇ ਵਿੱਚ ਈਵਨ ਯੂਰਪੀਨ ਸੋਸਾਇਟੀ ਦੇ ਵਿੱਚ ਵੀ ਬਹੁਤ ਸਾਰੀਆਂ ਔਰਤਾਂ ਹੀ ਕਰਦੀਆਂ, ਲੇਕਿਨ ਪਿਤਾ ਦੀ ਭੂਮਿਕਾ ਜਿਹੜੀ ਆ ਉਹ ਇੱਕ ਖਾਸ ਭੂਮਿਕਾ ਹੈ। ਔਰ ਜਿਹੜੇ ਅਨਫੋਰਚੂਨੇਟਲੀ ਸਿੰਗਲ ਮਮ ਦੇ ਬੱਚੇ ਰੇਜ਼ ਹੋ ਰਹੇ ਨੇ, ਉਹਨਾਂ ਲਈ ਵੀ ਸਮਾਜਿਕ ਵਿਗਿਆਨੀਆਂ ਨੇ ਅਤੇ ਮਨੋਵਿਗਿਆਨੀਆਂ ਨੇ ਕਈ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਕਿ ਬਿਗ ਬ੍ਰਦਰ ਜਾਂ ਕੋਈ ਇਸ ਤਰ੍ਹਾਂ ਦੀ ਫਾਦਰ ਫਿਗਰ ਆਉਂਦੀ ਜਾਂਦੀ ਰਹੇ, ਉਹਨਾਂ ਦੇ ਕੋਲੇ ਰਹੇ, ਉਹਨਾਂ ਦਾ ਰਿਸ਼ਤੇਦਾਰ ਹੋਵੇ ਜਾਂ ਕੋਈ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਇੱਕ ਮੇਲ ਫਿਗਰ ਤੋਂ ਹੀ ਸਿੱਖਦੇ ਹੋ ਜਾਂ ਤੁਹਾਨੂੰ ਸਿਖਾਉਂਦੇ ਨੇ ਜਾਂ ਉਹਨਾਂ ਦੇ ਟੈਂਪਰਾਮੈਂਟ ਦੇ ਵਿੱਚ ਫਰਕ ਪੈਂਦਾ ਉਹਦੇ ਨਾਲ। ਉਸ ਕਿਸਮ ਦੀ ਗੱਲਬਾਤ ਅੱਜ ਚੱਲ ਰਹੀ ਹੈ। ਪਲਵਿੰਦਰ ਜੀ, ਜਿਹੜੀ ਟ੍ਰੈਡੀਸ਼ਨਲ ਰੋਲ ਰਿਹਾ ਪਿਤਾ ਦਾ ਕਿ ਪੈਸੇ ਕਮਾ ਕੇ ਲਿਆਉਣੇ ਆ, ਹਾਊਸ ਹੋਲਡ ਨੂੰ ਚਲਾਉਣਾ, ਕਈਆਂ ਨੇ ਤਾਂ ਸੱਚੀ ਇਸ ਕਰਕੇ ਹੀ ਆਪਣੇ ਆਪ ਨੂੰ ਇੰਨਾ ਕੁ ਸੀਮਤ ਕਰ ਲਿਆ ਕਈ ਸੰਯੁਕਤ ਪਰਿਵਾਰਾਂ ਦੇ ਵਿੱਚ ਕਿ ਪਿਤਾ ਦਾ ਮਤਲਬ ਇਹ ਆ ਕਿ ਉਹਨੇ ਸਵੇਰੇ ਕੰਮ 'ਤੇ ਜਾਣਾ, ਬਸ ਉਹਨੇ ਪੈਸੇ ਲਿਆ ਕੇ ਫਰਾਈਡੇ ਨੂੰ ਚੈੱਕ ਮਾਂ ਨੂੰ ਫੜਾ ਦੇਣਾ ਅਤੇ ਇਹੀ ਉਹਦੀ ਡਿਊਟੀ ਆ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਆਪ ਨੂੰ ਇਨਵੋਲਵ ਨਹੀਂ ਕੀਤਾ। ਉਹ ਕੰਮ ਬਹੁਤ ਜ਼ਰੂਰੀ ਸੀ, ਉਹ ਵੀ ਬਹੁਤ ਜ਼ਰੂਰੀ ਗੱਲ ਸੀ ਜਿਹਦੇ 'ਤੇ परिवार की सर्वाइवल सी। लेकिन कई गीत भी तुसीं सुने होने यूरोपियन सोसाइटी दे विच भी कि उहदा पिता उहनूं बार बार कहता कि पुत मैं तैनूं मिलना चाहुंदा, वह कहता डैड तू मैनूं कदे मच्छी फड़न नहीं लैके गया, तू मैनूं कदे किते मिलिया नहीं। बार बार वो एक गल उहदे च आउंदी आ कि हुण अखीर दे विच वो कहता डैड उदों तेरे को टाइम नहीं सी, हुण मेरे को टाइम नहीं है। सो पिता दा जिहड़ा रोल आ मनी अर्निंग ते घर की आर्थिकता नूं चलाउणा इतों तक सीमित होकर रह गया। तो असली जेन्युइन पोजीशन की होनी चाहिए बलविंदर जी? हाँ जी जिवें मिस्टर थिंद तुसीं कहा गा कि रिसोर्सेज बड़े जरूरी है, एक घर नूं चलाउणा जदों तुसीं एक फैमिली रेज करनी बड़ा जरूरी है तुसीं बाहर जाके। पर असीं किते ना किते भुल गए हां एज अ मेल सोसाइटी दे विच कि सिर्फ उन्हां दा इही एक रोल नहीं, आपदे दिल नूं इन्वेस्ट करना उस परिवार दे विच, आपदे लई मदद मंगनी दुख दे विच, आपदे घर दे विच दुखी भावनावां दे विच विचर सकना, इह वी उन्हां दा रोल है। जिहड़ा कि नवां मर्ज हो रिहा वा हुण पिता एक जिहड़ा होलिस्टिक अप्रोच है ਇਹ ਵੀ ਹੈ ਕਿ ਇੱਕ ਪਿਤਾ ਤੋਂ ਰਿਸੋਰਸਿਸ ਤੁਹਾਨੂੰ ਮਿਲਣ, ਫਿਰ ਇੱਕ ਪਿਤਾ ਤੋਂ ਤੁਹਾਨੂੰ ਮਾਨਸਿਕ ਜ਼ਰੂਰਤਾਂ ਵੀ ਮਿਲਣ। ਮਿਸਟਰ ਥਿੰਦ ਜਿਹੜੇ ਘਰਾਂ ਦੇ ਵਿੱਚ ਅਸੀਂ ਪਲੇ ਆ ਨਾ, ਜਿਹੜੇ ਘਰਾਂ ਦੇ ਵਿੱਚ ਅਸੀਂ ਫੈਮਿਲੀ ਦੇਖੇ ਵੇ ਆ, ਸਾਡੀਆਂ ਮਾਨਸਿਕ ਲੋੜਾਂ ਪਿਤਾ ਤੋਂ ਬਹੁਤ ਘੱਟ ਪੂਰੀਆਂ ਹੋਈਆਂ। ਜੇ ਮੈਂ ਫੋਰ ਐਗਜ਼ਾਮਪਲ ਜੇ ਤੁਸੀਂ ਆਪਦੇ ਫਾਦਰ ਦੇ ਨਾਲ ਇੱਕ ਹਰ ਦੁੱਖ ਸੁੱਖ ਕਰ ਸਕਦੇ ਹੋ, ਆਪਦੇ ਫਾਦਰ ਨਾਲ ਹਰ ਇੱਕ ਦੁੱਖ ਸੁੱਖ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ ਦੁੱਖ ਸੁੱਖ ਦੇ ਵਿੱਚ, ਐਂਡ ਤੁਸੀਂ ਬੜੇ ਓਪਨ ਹੋ ਇਸ ਰਿਲੇਸ਼ਨਸ਼ਿਪ ਦੇ ਵਿੱਚ, ਤੇ ਫਿਰ ਮੈਂ ਚਾਹੂੰਗੀ ਮੈਨੂੰ ਲੱਗਦਾ ਕਿ ਤੁਹਾਡੀ ਰਿਲੇਸ਼ਨਸ਼ਿਪ ਇੱਕ ਹੈਲਥੀ ਰਿਲੇਸ਼ਨਸ਼ਿਪ ਆ। ਪਰ ਮੋਸਟ ਆਫ ਅਸ ਸਾਡੀਆਂ ਆਪਦੇ ਫਾਦਰ ਨਾਲ ਇੱਦਾਂ ਦੀਆਂ ਰਿਸ਼ਤਾ ਨਹੀਂ ਰਹੀਆਂ। ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਾਫੀ ਜਿਹੜੇ ਕਿੰਨੇ ਤਰ੍ਹਾਂ ਦੇ ਸਾਈਕੋਲੋਜੀ ਦੇ ਵਿੱਚ ਉਹਨਾਂ ਨੇ ਫਾਦਰ ਦੀ ਕੈਟੇਗਰੀ ਬਣਾਈ ਆ। ਜਿਹੜਾ ਐਬਸੈਂਟ ਫਾਦਰ ਆ ਉਹਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਫਾਦਰ ਪਾਸਡ ਅਵੇ ਹੋ ਗਿਆ ਜਾਂ ਫਾਦਰ ਦਾ ਫਿਜ਼ੀਕਲੀ ਪ੍ਰੈਜ਼ੈਂਟ ਨਹੀਂ ਰਿਹਾ ਬੱਚੇ ਲਈ। ਸੋ ਇਹਦੇ ਲਈ ਇਹ ਬਹੁਤ ਇੰਪੈਕਟ ਪਾਉਂਦਾ, ਕਿਉਂਕਿ ਜਿਵੇਂ ਤੁਸੀਂ ਕਿਹਾ ਇੰਟਰੋਡਕਸ਼ਨ ਦੇ ਵਿੱਚ ਕਿ ਇੱਕ ਬੱਚੇ ਲਈ ਇੱਕ ਮੇਲ ਫਿਗਰ, ਇੱਕ ਕੁੜੀ ਨੂੰ ਵੀ ਮੇਲ ਫਿਗਰ ਚਾਹੀਦਾ ਐਂਡ ਇੱਕ ਲੜਕੇ ਨੂੰ ਵੀ ਮੇਲ ਫਿਗਰ ਚਾਹੀਦਾ, ਤਾਂ ਜੋ ਜਿਹਨੂੰ ਦੇਖ ਕੇ ਉਹ ਵੱਡਾ ਹੋ ਸਕੇ, ਜਿਹਤੋਂ ਰੋਜ਼ ਸਿੱਖ ਸਕੇ। ਜਿਵੇਂ ਤੁਸੀਂ ਦੇਖ ਲਓ ਵੀ ਅਸੀਂ ਕੁੜੀਆਂ ਵਾਂ, ਅਸੀਂ ਸ਼ਿੰਗਾਰਨਾ ਆਪਦੇ ਆਪ ਨੂੰ ਆਪਦੀ ਮਾਂ ਤੋਂ ਸਿੱਖਦੇ ਹਾਂ। ਸਾਡੀ ਮਦਰ ਲਿਪਸਟਿਕ ਪਾਉਂਦੀ ਤੇ ਅਸੀਂ ਵੀ ਉੱਦਾਂ ਦੇ ਲਾਉਣ ਲੱਗ ਜਾਂਦੇ ਹਾਂ। ਸੋ ਇੱਕ ਜਿੱਥੇ ਸਾਨੂੰ ਇੱਕ ਫੀਮੇਲ ਮੋਡਲ ਰੋਲ ਮੋਡਲ ਮਿਲਦਾ, ਉੱਥੇ ਸਾਨੂੰ ਇੱਕ ਮੇਲ ਰੋਲ ਮੋਡਲ ਵੀ ਮਿਲਣਾ ਚਾਹੀਦਾ ਵਾ। ਐਂਡ ਦੂਸਰਾ ਹੋ ਸਕਦਾ ਜਿਹੜੇ ਅਡਿਕਸ਼ਨ ਹੁੰਦੇ ਆ ਫਾਦਰ, ਫੋਰ ਐਗਜ਼ਾਮਪਲ ਇਹ ਉਹਨਾਂ ਨੂੰ ਕੰਮ ਦੀ ਅਡਿਕਸ਼ਨ ਹੋ ਸਕਦੀ ਹੈ ਜਾਂ ਉਹਨਾਂ ਨੂੰ ਸ਼ਰਾਬ ਦੀ ਅਡਿਕਸ਼ਨ ਹੋ ਸਕਦੀ। ਇਹ ਜਿਹੜੇ ਫਾਦਰ ਵੀ ਮਾਨਸਿਕ ਤੌਰ 'ਤੇ ਅਵੇਲੇਬਲ ਨਹੀਂ ਹੁੰਦੇ ਆਪਣੇ ਬੱਚਿਆਂ ਲਈ, ਇਮੋਸ਼ਨਲੀ ਅਨਅਵੇਲੇਬਲ ਹੁੰਦੇ ਆ। ਇੱਕ ਡਿਸਟੈਂਟ ਫਾਦਰ ਕਈ ਦਾ ਜਿਹੜਾ ਮਾਨਸਿਕ ਤੌਰ 'ਤੇ ਅਗੇਨ ਸੇਮ ਥਿੰਗ ਇਮੋਸ਼ਨਲੀ ਅਵੇਲੇਬਲ ਨਹੀਂ ਹੁੰਦਾ ਅਤੇ ਦੂਰ ਹੁੰਦਾ ਵਾ। ਦੂਸਰਾ ਇੱਕ ਕ੍ਰਿਟੀਕਲ ਫਾਦਰ ਹੁੰਦਾ ਜਿਹੜਾ ਬਹੁਤ ਕ੍ਰਿਟੀਸਾਈਜ਼ ਕਰਦਾ ਆਪਣੇ ਬੱਚੇ ਨੂੰ, ਦੇਖੋ ਉਹਦੇ ਬੱਚੇ ਨੇ ਇੰਨੇ ਲਾਈ, ਜੇ ਤੂੰ ਆਹ ਅਫਸਰ ਬਣਿਆ ਤਾਂ ਫਿਰ ਮੈਂ ਲੋਕਾਂ ਦੇ ਵਿੱਚ ਇੱਕ ਪਾਰਟੀ ਦਊਂਗਾ, ਜੇ ਤੂੰ ਆਹ ਰੈਂਕ ਹੋਲਡ ਕੀਤਾ ਫਿਰ ਮੈਂ ਲੋਕਾਂ ਦੇ ਵਿੱਚ ਪ੍ਰਾਊਡ। ਉਹ ਹੁੰਦਾ ਕ੍ਰਿਟੀਸਾਈਜ਼, ਬਿਕੋਜ਼ ਕੌਨਸਟੈਂਟਲੀ ਤੁਹਾਨੂੰ ਕ੍ਰਿਟੀਸਾਈਜ਼ ਕਰੀ ਜਾਣਾ ਇੱਕ ਫਾਦਰ ਨੇ। ਐਂਡ ਉਹ ਵੀ ਜਿਹੜਾ ਫਾਦਰ ਉਹ ਮਾਨਸਿਕਤਾ ਤੋਂ ਤੁਹਾਡੀ ਤੋਂ ਐਂਡ ਬਹੁਤ ਲੋਕ ਅਸੀਂ ਹੋਏ ਹਾਂ, ਬਿਕਾਜ਼ ਜਦੋਂ ਅਸੀਂ ਫਾਦਰ ਦਾ ਰੋਲ ਦੇਖਦੇ ਫਾਦਰ ਤੋਂ ਸਾਨੂੰ ਡਰ ਲੱਗਦਾ ਵਾ। ਮੇਰੇ ਕੋਲ ਕਾਫੀ ਕਈ ਵਾਰ ਬੱਚੇ ਆਉਂਦੇ ਹਨ, ਉਹ ਕਹਿੰਦੇ ਜਦੋਂ ਅਸੀਂ ਛੋਟੇ ਸੀ ਕਈ ਵਾਰ ਫਾਦਰ ਨੂੰ ਦੇਖਦੇ ਹੁੰਦੇ ਸੀ ਤੇ ਸਾਡਾ ਵਾਸ਼ਰੂਮ ਅਨਕੰਟਰੋਲ ਨਿਕਲ ਜਾਂਦਾ ਸੀ। ਥਿੰਕ ਅਵੇ ਲਾਈਕ ਜਿਸ ਇਨਸਾਨ ਤੋਂ ਅਸੀਂ ਸਾਨੂੰ ਇੰਨੀ ਭਾਵਕ ਕਨੈਕਸ਼ਨ ਦੀ ਲੋੜ ਆ, ਉਸ ਇਨਸਾਨ ਤੋਂ ਸਾਨੂੰ ਇੰਨਾ ਡਰ ਲੱਗਦਾ ਵਾ। ਸੋ ਇੱਕ ਕ੍ਰਿਟੀਕਲ ਐਂਡ ਇੱਕ ਨਿਗਲੈਕਟਿੰਗ ਫਾਦਰ, ਜਿਵੇਂ ਰਿਜੈਕਟ ਕਰਨਾ ਬੱਚੇ ਨੂੰ ਕਿਸੇ ਵੀ ਕਮੈਂਟਾਂ ਦੇ ਨਾਲ, ਕਿਸੇ ਵੀ ਸ਼ਬਦਾਂ ਦੇ ਨਾਲ, ਜਾਂ ਇੱਕ ਫਾਦਰ ਦਾ ਆਪਦੀ ਵਾਈਫ ਦੇ ਪ੍ਰਤੀ ਅਨਫੇਥਫੁਲ ਰਹਿਣਾ, ਉਹ ਇੱਕ ਬੱਚਿਆਂ 'ਤੇ ਬੜਾ ਪ੍ਰਭਾਵ ਪਾਉਂਦਾ ਵਾ। ਸੋ ਜਿੱਥੇ ਅਸੀਂ ਇੱਕ ਫਾਦਰਸ ਡੇ 'ਤੇ ਇੱਕ ਪੋਜ਼ੀਟਿਵ ਰਿਸ਼ਤੇ ਦੀ ਗੱਲ ਕਰਦੇ ਹਾਂ ਕਿ ਇੱਕ ਪਿਤਾ ਦਾ ਰਿਸ਼ਤਿਆਂ ਦੇ ਨਾਲ ਜੁੜਿਆ ਹੋਣਾ ਬੜਾ ਜ਼ਰੂਰੀ ਹੈ, ਉੱਥੇ ਸਾਨੂੰ ਇਸ ਚੀਜ਼ ਲਈ ਵੀ ਵੇਕਅਪ ਹੋਣਾ ਪੈਣਾ ਮਿਸਟਰ ਥਿੰਦ ਕਿ ਅਸੀਂ ਇਹਨਾਂ ਰਿਸ਼ਤਿਆਂ ਦੇ ਰਾਹੀਂ ਜ਼ਖਮੀ ਵੀ ਕਿੰਨੇ ਹੋਏ ਹਾਂ ਬਚਪਨ 'ਚ। ਇਹਨਾਂ ਰਿਸ਼ਤਿਆਂ ਨੇ ਸਾਨੂੰ ਐਂਡ ਫਿਰ ਕਈ ਵਾਰ ਅਸੀਂ ਅਡਲਟ ਵੱਡੇ ਹੋ ਜਾਂਦੇ, ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਆਪਦਾ ਦੁੱਖ ਨਹੀਂ ਕਹਿ ਨਹੀਂ ਸਕਦੇ, ਪਤਾ ਨਹੀਂ ਕੀ ਹੈ ਸੇਮ ਪੇਜ ਤੇ ਸਾਨੂੰ ਲੱਗਦਾ ਪਤਾ ਨਹੀਂ ਕੀ ਆ। ਬਿਕਾਜ਼ ਹੁੰਦਾ ਕਿ ਜਦੋਂ ਤੁਸੀਂ ਆਪਦੇ ਘਰ ਦੇ ਇਨਵਾਇਰਮੈਂਟ ਦੇ ਵਿੱਚ ਬਚਪਨ ਦੇ ਵਿੱਚ ਆਪਦੇ ਫਾਦਰ ਨੂੰ ਇੱਕ ਇਹੋ ਜਿਹਾ ਰੋਲ ਜਾਂ ਕੋਈ ਅਬਿਊਜ਼ ਕਰਦਾ ਦੇਖਿਆ ਜਾਂ ਮੈਂਟਲ ਅਬਿਊਜ਼ ਕਰਦਾ ਦੇਖਿਆ ਹੋਵੇ ਜਾਂ ਉਹਨਾਂ ਨੂੰ ਫਿਜ਼ੀਕਲ ਅਬਿਊਜ਼ ਕਰਦਾ ਦੇਖਿਆ ਹੋਵੇ, ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਇਸ ਦਿਸ਼ਾ 'ਚ ਦੇਖਿਆ ਹੋਵੇ, ਤੁਸੀਂ ਉਹਨਾਂ ਦੇ ਅੰਦਰ ਆਪਦੇ ਆਪ ਇੱਕ ਰਿਜ਼ੈਂਟਮੈਂਟ ਮਹਿਸੂਸ ਕਰਨ ਲੱਗ ਜਾਂਦਾ ਤੁਹਾਡਾ ਅੰਦਰਲਾ ਸਿਸਟਮ ਭਾਵਕ ਤੌਰ 'ਤੇ। ਬਿਲਕੁਲ ਇਹ ਗੱਲ ਤੁਹਾਡੀ ਠੀਕ ਆ। ਪਰ ਦੂਸਰੀ ਮੈਂ ਜਦੋਂ ਰੋਲ ਮਾਡਲ ਦੀ ਗੱਲ ਕਰ ਰਿਹਾ ਸੀ ਜਾਂ ਮੈਂ ਕਰ ਰਿਹਾ ਸੀ ਵੀ ਫਾਦਰ ਫਿਗਰ ਜਾਂ ਮੇਲ ਫਿਗਰ, ਫਿਜ਼ੀਕਲੀ ਵੀ ਪਲਵਿੰਦਰ ਜੀ ਇਸ ਤਰ੍ਹਾਂ ਕਿ ਕਈ ਰੋਲ ਜਿਹੜੇ ਆ ਉਹ ਪਿਤਾ ਕਰਨਾ ਪਸੰਦ ਕਰਦਾ ਔਰ उन्होंने कुदरती तौर पर ਜਿਹੜੇ ਪੁੱਤਰ ਨੇ ਖਾਸ ਤੌਰ ਤੇ ਬੱਚੇ ਨੇ ਮੇਲ ਬੱਚੇ ਨੇ ਉਹਨਾਂ ਦੇ ਨਾਲ ਘੁਲਣਾ ਫਿਜ਼ੀਕਲ ਐਕਸਰਸਾਈਜ਼ ਕਰਨੀ ਉਹਨਾਂ ਨੂੰ ਸ਼ਿਕਾਰ ਖੇਡਣਾ ਸਿਖਾਉਣਾ ਘੋੜੇ ਤੇ ਚੜ੍ਹਨਾ ਸਿਖਾਉਣਾ ਘੋੜ ਸਵਾਰੀ ਸਿਖਾਉਣੀ ਇਸ ਤਰ੍ਹਾਂ ਦੀਆਂ ਲੱਕੜੀਆਂ ਪਾੜਨੀਆਂ ਸਿਖਾਉਣੀਆਂ ਘੋੜਾ ਕਿਵੇਂ ਵਰਤਣਾ ਤਿੱਖਾ ਕਿਵੇਂ ਕਰਨਾ ਗੇਅਰਾਂ ਵਾਲਾ ਟਰੱਕ ਕਿਵੇਂ ਚਲਾਉਣਾ ਕਈ ਵਾਰੀ ਜਿਹੜੀ ਇਸ ਕਿਸਮ ਦੀਆਂ ਗੱਲਾਂ ਨੇ ਉਹ ਪਿਤਾ ਹੀ ਕਰਦਾ ਆਮ ਤੌਰ ਦੇ ਉੱਤੇ ਟਰਡੀਸ਼ਨਲੀ ਮਾਤਾਵਾਂ ਜਿਹੜੀਆਂ ਉਸ ਨੂੰ होर कई तरीके प्यार कर दियाँ वो सूखम भावनावान पैदा कर दियाँ लेकिन मैनू लगता कि फादर के रोल के पुत्तां तो बना धियां की बहुत अटैचमेंट रही जे देखते हैं असी माँ तो प्यो के मुकाबले तुहानू भी लगता तुसीं भी एक बेटी होने के नाते कि पिता नूं लड़कियां वध प्यार कर दियां मुंडियां नूं देखो एक साइकोलॉजी के हिसाब नाल भी मानते हैं कि जिहड़ा थोड़ी अट्रैक्शन ऑपोजिट सैक्स वाल ज़्यादा होंदी है जिवें फॉर एग्जाम्पल मुंडियां दी एक अपनी मदर नाल ज़्यादा होंदी ते एक कुड़ियां दी अपने फादर दे नाल ज़्यादा होंदी है सो नैचुरली अट्रैक्शन होंदी है एक नैचुरल है जिहड़ा सो इस करके भी हैगा गा कि वो जिहड़ा रिश्ता वा बेटियां नाल एक फादर दा ज़्यादा बैटर हुंदा एक बेटियां दे नालों ते जिन्हां च अनफॉर्चुनेटली घरां दे विच पिता है नहीं गे पिता गैर हाज़र है किसी वजह करके भी कई बारी मौत की वजह करके कई बारी होर कई कारण हो सकते हैं उन्होंने घर बारे तुसी की करना जो थे की कीता जाना चाहिए देखो मिस्टर थिंद मोस्ट ऑफ द टाइम जे तुसी एक होर मेल फिगर जिवें फॉर एग्जाम्पल एक फैमिली दे विच ही लभ सकदे हो जिथे तुहाडा बच्चा एक रिश्ता एक मेल फिगर नाल एंड एक हैल्थी रिलेशनशिप रखे जिवें फॉर एग्जाम्पल यू नो तुसी कहा गा कि एक फादर टीच करदा वा एक फादर कार सिखाउंदा बच्चे नूं एक फादर यू नो ट्रैक्टर सिखाउंदा इह चीज़ां चलाउणियां सिखाउंदा या कोई भी करदा वा एंड यू नो फॉर एग्जाम्पल आपां नूं किन्नियां नूं याद आ कई वार जदों साडा फादर भी सानूं होमवर्क करवाउण लगदा सी ते सानूं डर लगदा सी कोई भी गलती करन तो डर लगदा सी इमेजिन साडा एक्सपीरियंस कितना स्कैरी हुंदा सीगा कि सानू एक घंटा इस इंसान नाल बैठ के पढ़ना पर असी गलती नहीं कर सकदे क्योंकि क्योंकि उस सिक्ख्या दे विच फादर दी क्लीयर एक्सपैक्टेशन हुंदी है सी तैनू डर नहीं लग सकदा एंड ना तू कोई गलती कर सकदा सो किते ना किते ओह चीज़ां साडे रिश्ते नू पलूट करदियां साडे रिश्ते नू जख्मी करदियां सानू जिन्हां रिश्तियां दे नेड़े असी जाना सी सानू उन्हां रिश्तियां तो दूरी महसूस होने लग जाती है एंड यू नो कई बार मिस्टर थिंद मैं अपने क्लाइंटा नूं देखदी एंड कई बार मुंडे कुड़ियां आउंदे उन्हां दी मैरिज हुंदी आ आपदे पेरेंट्स नूं दसना कि साडा रिश्ता खत्म हो रहा वो सब तो लास्ट वाला रिजोर्ट मानते आ असीं कहंदे दस नहीं सकदे कि अच्छा दूसरी दसो भी फादर दे रोल दा एवोल्यूशन किवें होया हाँ जी मिस्टर थिंद देखो यू नो हुण बहुत लोग एंड अगेन एक मानसिक एक आदमी की मानसिक सेहत पर जा जाता वा क्योंकि जेडे आदमी दियां भावनावां एक समाज ने दबाइया होनिया जिन्होंने कहा तू डर नहीं सकता तू रो नहीं सकता गा तू कमजोर नहीं हो सकता एंड तुसी देखो आप आपदे मीडिया दे विच वेखदे किन्ने जेडे आदमी आ वो गलत रास्ता चुन लैंदे आ इह बजाय आपदे आप नूं शेयर करन दे कि साडे अंदर की महसूस हो रहा वा ਸੋ ਕਿਤੇ ਨਾ ਕਿਤੇ ਜਿਹੜੀ ਆਦਮੀ ਦੀ ਮਾਨਸਿਕ ਸਿਹਤ ਬਾਰੇ ਸਾਨੂੰ ਗੱਲਾਂ ਕਰਨੀਆਂ ਪੈਣੀਆਂ ਤਾਂ ਜੋ ਸਾਡੇ ਆਦਮੀ ਆ ਜਿਹੜੇ ਉਹ ਆਪਦੇ ਅੰਦਰੋਂ ਜਿਹੜੀਆਂ ਭਾਵਨਾਵਾਂ ਮਹਿਸੂਸ ਕਰਦੇ ਉਹ ਸ਼ੇਅਰ ਕਰਨ ਲੱਗਣ ਤੇ ਦਬਾਉਣ ਨਾ ਆਪਦੇ ਵਿੱਚ ਬਿਕਾਜ਼ ਯੂ ਨੋ ਹੁਣ ਬਹੁਤ ਗੱਲਾਂ ਚੱਲ ਪਈਆਂ ਵਾ ਹੁਣ ਯੂ ਨੋ ਆਦਮੀਆਂ ਦੀ ਮਾਨਸਿਕ ਸਿਹਤ ਬਾਰੇ ਗੱਲਾਂ ਚੱਲ ਪਈਆਂ ਨਾਲ ਆਦਮੀਆਂ ਨੂੰ ਇਨਕਰੇਜ ਕੀਤਾ ਜਾਂਦਾ ਹਜੇ ਬਹੁਤ ਸਾਰੇ ਕਲਚਰ ਐਂਡ ਆਈ ਥਿੰਕ ਆਪਾਂ ਮੇ ਵੀ ਹਜੇ ਉਸ ਕਲਚਰ 'ਚ ਨਹੀਂ ਪਹੁੰਚੇ ਜਿੱਥੇ ਆਦਮੀ ਆਪਦੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਲਵੇ ओपन एंड आपदे आप नूं रो सके ओपन दे विच यू नो आपदे आप नूं आपदियां भावनावां नूं ओपन दे विच दस सके कि मैं इस वक्त एंगजाइटी एंड यू नो आम तुसीं कई वार बच्चिआं नूं भी पुछदे हो कहंदे सी फादर आपदा कदे रोंदा नहीं देखिआ सानूं पता ही नहीं साडे फादर दे दिमाग दे अंदर की चल रिहा हुंदा तो ये बड़ा जरूरी है कि एक आदमी आपदी मानसिक सेहत बारे जानकार बने बिकॉज आपदियां भावनावां दे विच नहीं हजे विचरे बहुत औखा कि वो एक आपदे बच्चे दियां भावनावां नूं समझ सकन हजे तां वो नहीं डरना सीखे उन्हां नूं नहीं पता भी अजे आपदे डर नूं असीं हैंडल किवें करना ते किसी बच्चे दे डर नूं हैंडल नहीं कर सकणगे अच्छा जिहड़ी स्ट्रेनड रिलेशनशिप है बिटवीन फादर एंड सन ਉਹ ਕਿਹੜੇ ਹਾਲਾਤ ਨੇ ਜਿਨ੍ਹਾਂ ਦੇ ਵਿੱਚ ਰਿਲੇਸ਼ਨਸ਼ਿਪ ਜਿਹੜੇ ਤਣੇ ਜਾਂਦੇ ਇਹਨਾਂ 'ਚ ਤਣਾਅ ਆ ਜਾਂਦਾ ਬਹੁਤ ਸਮੇਂ ਹੁਣ ਦੇਖ ਰਹੇ ਹਾਂ ਅਸੀਂ ਇਸ ਸੋਸਾਇਟੀ ਦੇ ਵਿੱਚ ਵੀ ਭਾਵੇਂ ਸਾਡੀ ਆਰਥਿਕ ਹਾਲਤ ਬਹੁਤ ਸੁਧਰੀ ਹੋਈ ਆ ਪਰ ਫਰੈਂਡਲੀ ਰਿਲੇਸ਼ਨਸ਼ਿਪ ਨਹੀਂ ਕਈ ਪਿਤਾ ਜਾਣ ਬੁੱਝ ਕੇ ਕਹਿੰਦੇ ਆ कि नहीं जिहड़े लोग ये कहंदे आ कि पुत दा ते प्यो दा रिश्ता दोस्तां वर्गा होना चाहिदा, वो कहंदा नो नो नो, इन्हां नाल रिश्ता बच्चे दा, प्यो ते बच्चे दा ही होना चाहिदा, दोस्ती दा रिश्ता नहीं पैदा किया जा सकता। उहदे नाल नेड़ता बहुत वध जांदी है, ते फिर तुसीं डिसिपलिन नहीं कर सकते। कई तो घरों दे विच फादर नूं इसे करके ही वरत्या जाता कि डिसिपलिन तो करवाना, आ लैण दे तेरे प्यो नूं, यू नो, इसे ही कारण करके मेरा ख्याल प्यो कई बच्चों के नफरत का पात्र भी रहा और इवेंचुअली रिलेशनशिप जिहड़े सी वो तनाव भरपूर हो गए। हाँ जी मिस्टर थिंड, ये भी एक रीजन है, बिकॉज देखो जिवें हुण अज तां आपां नूं पता कि आपां एक बच्चे नूं डिसिपलिन भी कर सकदे ते उहनूं प्यार भी, उहनूं भावुक भी हो सकदे। बैलेंस आ, एक डांस आ, जे असीं दोनों नूं ही बैलेंस करांगे। पर जिवें तुसीं कहा कि एक फादर तो सिर्फ सानूं डिसिपलिन ही मिलिया, दिल या भावुक रिश्ता नहीं मिलिया, इस करके सानूं सिर्फ डरना ही उन्हां तों सिक्खिया गया। बाकी जिवें तुसीं स्ट्रेनड रिलेशनशिप कहने आ, मोस्ट ऑफ द टाइम मिस्टर थिंड ये जिहड़े बेटे आ वो आपदे फादर वास्ते बहुत ज्यादा अंदर रिजेंटमेंट पाल लेंदे आ बचपन दे विच, छोटे हुंदे आ, बिकॉज उन्होंने कई बार घर दे विच अब्यूज देखिया हुंदा, आपदी मदर नाल इमोशनल अब्यूज, किसी भी तरह दा मानसिक या तनाव वाला अब्यूज देखिया हुंदा, एंड वो आपदे अंदर रिजेंट महसूस करन लग जांदे आ। एंड यू नो काउंसलिंग दे विच असीं मोस्ट ऑफ द टाइम इवें करदे, एंड बहुत औखा मे बी यू नो जदों तुहाडा कोई किसे दा भी जिहड़े आपां नूं लिसनर सुणदे, जे तुहाडा टाइम लगे तुसीं इह चीज़ जरूर करियो, जे तुसीं एज अ फादर अपने बच्चिਆਂ ਤੋਂ ਇਹ ਪੁੱਛੋ ਕਿ ਤੁਸੀਂ ਆਪਦੇ ਸ਼ਬਦਾਂ ਵਿੱਚ ਮੈਨੂੰ ਦੱਸੋ ਕਿ ਮੈਂ ਕਿੱਦਾਂ ਦਾ ਪਿਤਾ ਰਿਹਾ, ਐਂਡ ਇਮਾਨਦਾਰੀ ਨਾਲ ਦੱਸੋ, ਐਂਡ ਮੈਂ ਸੁਣਨ ਨੂੰ ਤਿਆਰ ਹਾਂ, ਬਿਕਾਜ਼ ਹਜੇ ਅਸੀਂ ਇੱਕ ਦੂਜੇ ਨਾਲ ਇੱਥੇ ਬੈਠੇ ਨਹੀਂ। ਹਜੇ ਇੱਕ ਫਾਦਰ ਆਪਦੇ ਬੱਚਿਆਂ ਨੂੰ ਖੁੱਲ੍ਹ ਕੇ ਇਮਾਨਦਾਰੀ ਨਾਲ ਪੁੱਛ ਨਹੀਂ ਸਕਦਾ ਕਿ ਮੇਰੇ ਬਾਰੇ ਤੁਸੀਂ ਦੱਸੋ, ਮੈਨੂੰ ਕਿੱਦਾਂ ਦਾ ਫਾਦਰ ਤੁਸੀਂ ਐਕਸਪੀਰੀਅੰਸ ਕੀਤਾ, ਐਂਡ ਮੈਂ ਇਮਾਨਦਾਰੀ ਨਾਲ ऑथेंटिक करके मैनू दसो कि केड़ियां केड़ियां मेरे मैं रिश्तियां दे विच तुसीं मेरे तो जख्मी होए किस किस तरीके नाल, एंड जे ओह कॉन्वर्सेशन ओपन होगी तो साडे रिश्ते बड़े नेड़े हो जाणगे मिस्टर थिंड, जिहड़े असीं सदियां तो चीज़, एंड दो एक बेटा ते एक बाप हजे इस टाइम ते असीं नहीं पहुंचे कि असीं ओह गल्लां कर सकीए, बिकॉज असीं सुनना नहीं चाहुंदे, ईवन एज अ फादर असीं सुनना नहीं चाहुंदे साडे बच्चों ने की महसूस कीता जदों छोटे सी, क्योंकि साडे कोल ओह हर चीज़ दा जस्टिफिकेशन हैगी मैं क्यों कीता। बलविंदर जी, अखीर सानूं ये जरूर दस के जाओ, कुछ टिप्स दे के जाओ कि बच्चों ते पिता दे विचकार हैल्थी जिहड़े सेहतमंद संबंध किवें पैदा कीते जा सकदे। हाँ जी मिस्टर थिंड, जिवें फॉर एग्जाम्पल यू नो एक तो ये बड़ा जरूरी है कि यू नो मोस्ट ऑफ द टाइम जो एक मेल फिगर है वो इसे चीज़ दे विच ही ज़्यादा बिलीव करता कि मैनू कुछ करना पैना, मैनू फिजिकली कुछ प्रोडक्टिवली करना पैना वा, एंड जिहड़े मानसिक जिहड़ी मानसिक जदों आपदे बच्चों दी तुसीं लोड़ां पूरियां कर देना, इहदे नाल तुहानूं फिजिकली कुछ नहीं करना पैंदा वा। असीं साइलेंस बड़ी अंडर रेटेड कीती वी आ, सो अपने बच्चे नूं इह कहना यू नो जे वो बच्चा तुहाडा किसी भी तरीके स्ट्रगल कर रहा वा या उन्हें घर दे विच अपने बच्चे नूं इह कहना कि मैं तैनूं देख रहा वा, मैं तैनूं नोटिस कर रहा वा, तू इनविजिबल नहीं है, तू इस फैमिली का बड़ा मैटर वाला हिस्सा वा, एंड तैनूं सुन सकदा। एंड जदों तुहाडा बच्चा कोई गल कर रहा, चाहे वो 1 साल का, चाहे वो 5 साल का, चाहे वो 7 साल का, चाहे वो 10 साल का, चाहे वो तुहाडे विचारां तो बड़ा अगेंस्ट आ, पर ओहदे विचार एक बिना रिएक्ट कीते सुनने कि एक वाजिब इंसान है। यह हो सकता है इस कॉन्वर्सेशन तो मैनू कुछ सीखण नूं मिले, बिकॉज नॉर्मली तो फादर दा एवें ना कि मैं आपदे बच्चे नालों ज्यादा सियाणा वां, एंड मैनू मेरे बच्चे नालों ज्यादा पता वा, पर जे असीं एक ओपन कॉन्वर्सेशन दे विच आपदे बच्चे नूं सुणन लग गए, साडा बच्चा एक फील महसूस करूगा कि मैनू सुण रिहा वा कोई, मैं मैनू हेयर कर रिहा कोई, मैं इनविजिबल नहीं हैगा, मैं मिस्टर थिंड उन्होंने रिसर्च कीता जिहड़े लोकां दा आपदे फादर नाल रिलेशनशिप वधिया नहीं हुंदा, उन्हां दा सैल्फ एस्टीम बड़ा लो हुंदा वा। एंड दूसरा जे तुसीं आपदे पार्टनर नूं, बिकॉज एक मां ते एक बाप दे ना प्यार दे विच असीं मिस्टर थिंड ये सानूं प्यार महसूस हुंदा, जे उस रिश्ते विच प्यार है ना तुहाडा बच्चा मल्लो मल्ली प्यार महसूस करूगा घर दे विच, पर जे उस रिश्ते दे विच तनाव है एक मां दे एक बाप दे, तुहाडा बच्चा मल्लो मल्ली उस तनाव नूं महसूस करूगा, एंड कोशिश करूगा कि वध तो वध इस रिश्ते तो इन्हां दो इंसानां दी दूरी तो भजे। सो ये बड़ा जरूरी है कि तुसीं अपना रिश्ता अपने पार्टनर नाल किवें रखदे हो, क्योंकि वो एक प्यार दा जिवें तुसीं कहंदे एक भांडा, जिन्ना वो उस रिश्ते च प्यार होगा, प्यार डुबलूगा बच्चों ते आप बाहर आके। पर जदों असीं हाँ जी हाँ जी, थैंक यू मिस्टर थिंड। थैंक यू बलविंदर जी, बहुत बहुत मेहरबानी थोड़ी। ओके, बाय, थैंक यू। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.